ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ ਆਮ ਆਦਮੀ ਪਾਰਟੀ ਦੇ ਵਿਧਾਇਕ ਵਾਕ ਆਊਟ ਕਰਕੇ ਬਾਹਰ ਆਨੇ ਗੱਲ ਕਰਦੇ ਸਾਡੇ ਹਰਪਾਲ ਚੀਮਾ ਗੱਲ ਕਰਦੇ ਰਾਜਪਾਲ ਸਾਹਿਬ ਨੇ ਜਿਹੜੀ ਆ ਕੰਸੈਂਟ ਦਿੱਤੀ ਸੈਂਟ ਦਿੱਤੀ ਉਹਨੂੰ ਜਿਹੜੀ ਆਗਾ ਦਿੱਤੀ ਆਗਾ ਦੇਣ ਤੋਂ ਬਾਅਦ ਸਭ ਦੇ ਸਾਰੇ ਅਧਿਕਾਰੀਆਂ ਦੇ ਸਭ ਦੇ ਦਸਕਤ ਨਿਗੇ ਉਹਦੇ ਤੇ ਕਿ ਜਿਹੜੇ ਪੰਜਾਬ ਵਿੱਚ 85ਵੇਂ ਸੋਧ ਆ ਜਿਹੜੀ ਕਿ ਜਿਹੜੀ ਰਿਜ਼ਰਵੇਸ਼ਨ ਦਿੰਦੀ ਆ ਗਰੀਬ ਲੋਕਾਂ ਨੂੰ ਰਿਜ਼ਰਵੇਸ਼ਨ ਦਿੰਦੀ ਆ ਉਹਦੇ ਤੇ ਜਿਹੜਾ ਹੈਗਾ ਮੋਹਰ ਲਾਈ ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਦਾ ਕੋਈ ਧਿਆਨ ਨਹੀਂ ਹੈਗਾ ਕੈਪਟਨ ਸਾਹਿਬ ਕਿਸੇ ਮਾਮਲੇ ਬਲ ਧਿਆਨ ਦੇ ਦਿੰਦੇਗੇ ਇੱਕ ਸਾਡੇ ਅਧਿਕਾਰੀ ਨੇਗੇ ਇੱਕ ਬਾਬੂ ਨੇ ਜਿਹੜਾ ਹੈਗਾ ਉਹਦੇ ਤੇ ਇੱਕ ਲੈਟਰ ਲਿਖ ਕੇ ਆਣਾ ਲਾਨੀ ਪਾਬੰਦੀ ਲਾਤੀ ਔਰ ਉਸ ਜਿਹੜੀ ਜਿਹੜੀ ਸਾਰੀ ਰਿਜ਼ਰਵੇਸ਼ਨ ਆ ਉਹ ਫੇਲ ਕਰਤੀ ਉਹਦੇ ਖਿਲਾਫ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਆਵਾਜ਼ ਉਠਾਈ ਔਰ ਅਸੀਂ ਕਿਹਾ ਕਿ ਉਹਦੇ ਤੇ ਖਿਲਾਫ ਐਕਸ਼ਨ ਲਾਓ ਉਸ ਅਧਿਕਾਰੀ ਦੇ ਖਿਲਾਫ ਜਿਹੜਾ ਸਾਡੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ ਜਿਹੜਾ ਸੰਵਿਧਾਨ ਦੀ ਤੋਹੀਨ ਕਰ ਰਿਹਾ ਹੈ ਤੇ ਜਿਹੜਾ ਐਕਸ਼ਨ ਲਾਓ ਪਰ ਲੇਕਿਨ ਐਕਸ਼ਨ ਲੈਣ ਤੋਂ ਜਿਹੜੀ ਸਰਕਾਰ ਬਚਦੀ ਰਹੀ ਸੀ ਉਸ ਬਾਬੂ ਦਾ ਜਿਹੜਾ ਹੈਗਾ ਉਹਨੂੰ ਉਹਨੂੰ ਪ੍ਰੋਟੈਕਟ ਕਰ ਰਹੀ ਸੀ ਜਦ ਕਿ ਕੋ ਉਹਨੇ ਨਾ ਮੇਰੇ ਉਹਦਾ ਯਾਦ ਨਹੀਂ ਪਰ ਪਰਸੋਨਲ ਡਿਪਾਰਟਮੈਂਟ ਦਾ ਸੈਕਟਰੀ ਕੋਈ ਵੀ ਹੋ ਸਕਦਾ ਹੈਗਾ ਜਿਹੜਾ ਵੀ ਹੋਊਗਾ ਉੱਥੇ ਤੈਨਾਂ ਤੋਂ ਉਸ ਸਮੇਂ ਉਹਨੇ ਪਵੰਦੀ ਲਾਈ ਆ ਸਾਡੀ ਮੰਗ ਹੈ ਕਿ ਉਹਦੇ ਖਿਲਾਫ ਤੁਰੰਤ ਪਰਚਾ ਦਰਜ ਹੋਵੇ ਐਸ்சி ਐਸਟੀ ਐਕਟ ਦਾ ਪਰਚਾ ਦਰਜ ਹੋਵੇ ਉਹਨੂੰ ਤੁਰੰਤ ਜੇਲ੍ਹ ਚ ਭੇਜਿਆ ਜਾਵੇ ਕਿਉਂਕਿ ਬੜੇ ਲੰਬੇ ਅਰਸੇ ਤੋਂ ਜਿਹੜੇ ਗਰੀਬ ਲੋਕ ਨੇਗੇ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਗਿਆ ਔਰ ਇਸ ਤੋਂ ਬਿਨਾ ਜਿਹੜੀਆਂ ਆਊਟਸੋਰਸਿੰਗ ਦੇ ਵਿੱਚ ਜਿਹੜੀਆਂ ਆਊਟਸੋਰਸਿੰਗ ਦੇ ਰਾਹੀਂ ਜਿਹੜੇ ਕੰਟਰੈਕਟ ਦੇ ਰਾਹੀਂ ਭਰਤੀਆਂ ਹੁੰਦੀਆਂ ਨੇ ਪੰਜਾਬ ਵਿੱਚ ਜਿਹੜੀਆਂ ਅਸਾਮੀਆਂ ਭਰੀਆਂ ਜਾਂਦੀ ਉਹ ਜਿਹੜੇ ਚੋਰ ਮੋਰੀ ਲਾ ਕੇ ਪੰਜਾਬ ਦੇ ਲੋਕਾਂ ਦਾ 37% ਲੋਕਾਂ ਦਾ ਜਿਹੜੀ ਆ ਜਿਹੜਾ ਸੰਵਿਧਾਨਕ ਹੱਕਾਂ ਮਾਰਿਆ ਜਾਂਦਾਗਾ ਇਸ ਗੱਲ ਨੂੰ ਲੈ ਕੇ ਅਸੀਂ ਬਾਕਾਟ ਕਰਕੇ ਆਇਆਗੇ ਕਿ ਕਿਹਾ ਜਾਂਦਾ ਕਿ ਅਫਸਰशाही ਹਾਵੀ ਹੈ ਲੱਗਦਾ ਕਿ ਪੰਜਾਬ ਵਿੱਚ ਬਾਕੇ ਇਹ ਅਫਸਰशाही ਹਾਵੀ ਹੈ ਬਿਲਕੁਲ ਪੰਜਾਬ ਵਿੱਚ ਅਫਸਰशाही ਜਿਹੜੀ ਆ ਹਾਵੀ ਆ ਪੰਜਾਬ ਵਿੱਚ ਅਫਸਰਾਂ ਦਾ ਜਿਹੜਾ ਰਾਜ ਆ ਕੈਪਟਨ ਸਾਹਿਬ ਦਾ ਰਾਜ ਨਹੀਂ ਹੈਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ 75% ਰਿਜ਼ਰਵੇਸ਼ਨ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਹੋਣੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਕੈਪਟਨ ਸਾਹਿਬ ਭੱਜ ਰਹੇ ਨੇਗੇ ਅਸੀਂ ਬਾਰ ਬਾਰ ਕਰਦੇ ਕਿ ਕੋਈ ਵੀ ਕੰਮ ਚਾਹੇ ਉਹ ਸ਼ਹਿਰਾਂ ਦਾ ਚਾਹੇ ਉਹ ਲੇਬਰ ਦਾ ਚਾਹੇ ਉਹ ਕੰਟਰੈਕਟ ਦਾ ਚਾਹੇ ਆਊਟਸੋਰਸਿੰਗ ਦਾ ਉਹਦੇ ਸਾਰਿਆਂ ਦੇ ਵਿੱਚ ਪੰਜਾਬ ਦੇ ਪੰਜਾਬੀਆਂ ਨੂੰ ਘਟੋ ਘਟ 75% ਨੌਕਰੀਆਂ ਮਿਲੇ ਚਾਹੀਦੀਆਂ ਪਰ ਲੇਕਿਨ ਤੁਹਾਨੂੰ ਪਤਾਗਾ ਕਿ ਕੈਪਟਨ ਸਾਹਿਬ ਤਾਂ ਆਪਣੀ ਸਰਕਾਰ ਚਲਾਉਣ ਲਈ ਆਪਣੇ ਸਲਾਹਕਾਰ ਵੀ ਬਾਹਰਲੇ ਸੂਬਿਆਂ ਤੋਂ ਰੱਖਦਾਗਾ ਤੁਸੀਂ ਸੁਣਿਆ ਕਿ ਇੱਕ ਵੱਡਾ આરોਪ ਜਿਹੜਾ ਉਹ ਸਰਕਾਰ ਦੇ ਉੱਤੇ ਲਗਾਇਆ ਗਿਆ ਕਿ ਕਿਵੇਂ ਅਫਸਰ ਸ਼ਾਹੀ ਜਿਹੜੀ ਉਹ ਕੰਮ ਕਰ ਰਹੀ ਹੈ ਇੱਕ ਜਿਹੜਾ ਪਰਸਨਲ ਵੀ ਪਾਕ ਦੇ ਜਿਹੜੇ ਸੈਕਟਰੀ ਉਹਨਾਂ ਦੇ ਉੱਤੇ આરોਪ ਲਾਇਆ ਹੈ ਜਿਹੜਾ ਮੁੱਦਾ ਵਿਧਾਨ ਸਭਾ ਦੇ ਅੰਦਰ ਚੁਕਣਾ ਚਾਹੁੰਦੇ ਸੀ ਲੇਕਿਨ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਚੁਕੰਦੀ ਜਿਹੜੀ ਇਹਨੂੰ ਪਰਮਿਸ਼ਨ ਨਹੀਂ ਦਿੱਤੀ ਜਿਸ ਤੋਂ ਬਾਅਦ ਇਹਨਾਂ ਨੇ ਸਦਨ ਤੋਂ ਵਾਕਆਊਟ ਕੀਤਾ ਹੈ ਤਾਂ ਹੁਣ ਵਾਪਸ ਇਸ ਸਦਨ ਦੇ ਵਿੱਚ ਦੁਬਾਰਾ ਜਾ ਰਹੇ ਨੇ ਚੰਡੀਗੜ੍ਹ ਤੋਂ ਕਮੈਂਟ ਪ੍ਰਵੀਨ ਪਾਂਡੇ ਦੇ ਨਾਲ ਅਨਕੁਸ਼ ਮਹਾਜਨ ਦੈਨਿਕ ਸਵੇਰਾ ਟੀਮ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ ਬਾਬਾ ਸੁਲਤਾਨ ਬੰਗਾਲੀ ਇੱਕ ਹੀ ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੀ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹੀ ਰੇਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰ ਨਹੀਂ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਬੰਦ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁਰਵਾਓ ਸੈਨੂ ਬਣਾਉਣਾ ਫੋਨ 9560392450 9560392451 ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹਾਲ ਮੁਸਲਮਾਨਨੀ ਰੋਹਾਨੀ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਬਸ਼ੀਕਰਨ ਕਰਵਾਓ ਮੰਚਾਹ ਪਿਆਰ ਪਾਓ ਲੰਬ ਮੈਰਿਜ ਸੋਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚੁਰਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗ ਤੋ ਕਹਾਈ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 987680458058558838617